मेरे दो बेटे हैं जी, दूसरा तो दूसरा कितने है? अच्छा, क्या मार्थ गया होया जी पिंड का। ठीक हो गया सर। जेड़ा बेटा तुम्हारा कैनेडा आया हुआ है, की काम करता है? स्टडी बेस पे आया सी या वर्क परमिट पे? वो स्टडी बेस पे आया जी। ठीक हो गया सर। की काम करता है? कम ठीक करता जी, स्टोरा स्टोरा जी कितने। ਠੀਕ ਹੋ ਗਿਆ ਸਰ। ਜਦੋਂ ਕੰਮ ਤੇ ਜਾਂਦਾ ਹੈਗਾ, ਕਿਸੇ ਦੇ ਨਾਲ ਜਾਂਦਾ ਹੈ, ਬੱਸ ਤੇ ਜਾਂਦਾ ਹੈ ਜਾਂ ਉਹਦੇ ਕੋਲ ਆਪਣੀ ਕੋਈ ਸਵਾਰੀ ਵਗੈਰਾ ਹੈਗੀ? ਨਹੀਂ, ਫਿਲਹਾਲ ਤਾਂ ਬੱਸ ਤੇ ਜਾਂਦਾ ਜੀ, ਆਪਣੇ ਯਾਰਾਂ ਦੋਸਤਾਂ ਦੇ ਨਾਲ। ਠੀਕ ਹੋ ਗਿਆ ਸਰ। ਕੀ ਨਾਮ ਹੈ ਬੱਚੇ ਦਾ? ਹਾਂਜੀ, ਉਹਦਾ ਨਾਮ ਜਸਵਿੰਦਰ ਹੈ ਜੀ। ਜਸਵਿੰਦਰ ਨਾਮ ਹੈ। ਲਾਸਟ ਟਾਈਮ ਗੱਲ ਕਦੋਂ ਹੋਈ ਹੈ ਜਸਵਿੰਦਰ ਨਾਲ? ਹੋ ਗਿਆ ਜੀ, ਇਹਨੂੰ 5-6 ਦਿਨ ਹੋ ਗਏ ਜੀ। 5-6 ਦਿਨ ਹੋ ਗਏ, ਉਹਦੇ ਤੋਂ ਬਾਅਦ 'ਚ ਗੱਲ ਨਹੀਂ ਹੋਈ ਤੁਹਾਡੀ? ਨਹੀਂ ਜੀ, ਉਦੋਂ ਬਾਅਦ ਤਾਂ ਫੋਨ ਹੀ ਨਹੀਂ, ਮੈਂ ਕਰਦਿਆਂ ਫੋਨ ਚੱਕ ਨਹੀਂ ਰਿਹਾ ਜੀ ਉਹ। ਠੀਕ ਹੋ ਗਿਆ ਸਰ। ਮੈਂ CBI ਆਫੀਸਰ ਗੱਲ ਕਰ ਰਿਹਾ, ਇਨਵੈਸਟੀਗੇਸ਼ਨ ਇੰਚਾਰਜ। ਕਿੱਥੋਂ ਜੀ? ਠੀਕ ਹੈ ਸਰ, ਕੈਨੇਡਾ ਤੋਂ ਹੀ ਗੱਲ ਕਰ ਰਿਹਾ, ਕੈਨੇਡਾ ਪੁਲਿਸ ਤੋਂ। ਹਾਂਜੀ, ਤੁਹਾਡਾ ਜਿਹੜਾ ਹੈਗਾ ਨਾ ਜਸਵਿੰਦਰ ਵੀਰ ਜੀ, ਉਹ ਇਸ ਟਾਈਮ ਸਾਡੇ ਕੋਲ ਅਰੈਸਟਡ ਹੈਗਾ। ਅੱਛਾ ਜੀ, ਤੁਹਾਡੇ ਕੋਲੋਂ ਤੁਹਾਡਾ ਨੰਬਰ ਲੈ ਕੇ ਤੁਹਾਨੂੰ ਕਾਲ ਕੀਤੀ ਗਈ ਹੈ। ਠੀਕ ਹੈ। ਅੱਛਾ, ਕਿਉਂ ਕਿਸ ਗੱਲ ਦੀ ਕੀ ਗੱਲ ਹੋ ਗਈ ਜੀ? ਜਸਵਿੰਦਰ ਨੂੰ ਅਰੈਸਟ ਕਰ ਲਿਆ ਉਹਨੇ ਪੁਲਿਸ ਨੇ ਚੰਡੀਗੜ੍ਹ, ਉੱਥੋਂ ਫੋਨ ਆਇਆ ਬੋਲਦੇ ਨੀ। ਕਿਹਨੂੰ ਦੱਸ ਰਹੇ ਹੋ ਤੁਸੀਂ? ਇਹ ਉਹਦੀ ਮਦਰ ਹੈ ਜੀ। ਸਰ ਆਪਣੇ ਬੱਚੇ ਦੇ ਨਾਲ ਗੱਲ ਕਰੋ, ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ। ਕਰਾਓ ਜੀ, ਕਰਾਓ, ਪਰ ਉਹ ਗੱਲ ਕਰਵਾਓ, ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ। ਤੂੰ ਮਦਰ ਘਬਰਾ ਗਈ ਜੀ, ਮਾੜੀ ਗੱਲ ਕਰਾਓ ਜੀ ਪਹਿਲਾਂ ਬੱਚੇ ਨਾਲ ਦੀ। ਸਰ ਜਸਵਿੰਦਰ ਨੂੰ ਉਰੇ ਲੈ ਕੇ ਆਓ, ਸਰ ਇਹਦੇ ਫਾਦਰ ਸਾਹਿਬ ਨਾਲ ਗੱਲ ਕਰਾਣੀ ਹੈ। ਹਾਂਜੀ ਸਰ, ਜ਼ਿਆਦਾ ਦੇਰ ਗੱਲ ਨਹੀਂ ਹੋਣੀ ਕਿਉਂਕਿ ਪ੍ਰੈਸ ਮੀਡੀਆ ਵਾਲੇ ਇੱਥੇ ਆਏ ਖੜੇ ਹੈ ਜੀ, ਕ੍ਰਿਮੀਨਲ ਬੰਦੇ ਆ ਸਾਡੇ ਨਾਲ। ਤੁਸੀਂ ਆਪਣੇ ਬੱਚੇ ਨਾਲ ਗੱਲ ਕਰੋ, ਫਿਰ ਮੈਂ ਤੁਹਾਡੇ ਨਾਲ। ਕਰਾਓ ਜੀ, ਕਰਾਓ, ਪਰ ਕੋਈ ਨਹੀਂ, ਮੈਂ ਪੱਤਰਕਾਰਾਂ ਨੂੰ ਦੱਸੋ ਜੀ, ਅਜੇ 1 ਮਿੰਟ ਰੁਕ ਜਾਓ, ਤੁਸੀਂ ਪੱਤਰਕਾਰਾਂ ਨਾਲ ਗੱਲ ਕਰੋ। ਹਾਂਜੀ, ਪੱਤਰਕਾਰਾਂ ਨੂੰ ਨਾ ਦੱਸੋ ਜੀ, ਅਜੇ ਇਹ ਗੱਲ ਕਰੋ ਬੱਚੇ ਨਾਲ। ਕਰਾਓ ਜੀ। ਹੈਲੋ ਜਸਵਿੰਦਰ, ਹੈਲੋ, ਕੀ ਗੱਲ ਹੋ ਗਿਆ ਜਸਵਿੰਦਰ? ਕੀ ਗੱਲ ਹੋ ਗਈ ਜਸਵਿੰਦਰ? ਹੈਲੋ, ਕੀ ਗੱਲ ਹੋ ਗਈ? ਕੀ ਕੁੱਟਿਆ ਇਹਨਾਂ ਨੇ ਜਸਵਿੰਦਰ? ਉਹ ਕੁੱਟੋ ਨਾ ਜੀ, ਇਹਨੂੰ ਪਤਾ ਕੀ, ਮੇਰੇ ਨਾਲ ਤੁਸੀਂ ਗੱਲ ਕਰੋ, ਕੁੱਟੋ ਨਾ ਇਹਨੂੰ। ਹੈਲੋ, ਹਾਂ ਕੁੱਟੋ ਨਾ ਹਰਜੀਤ ਜੀ। ਦੇਖੋ ਤੁਸੀਂ, ਮੈਂ ਤਾਂ ਤੁਹਾਡੀ ਕਦਰ ਕਰਦਾ ਜੀ, ਦੇਖੋ ਕੈਨੇਡਾ ਤੁਸੀਂ ਬੈਠੇ ਹੋ, ਇੰਨੀ ਨੇੜੇ ਹੁੰਦੇ ਤਾਂ ਮੈਂ ਆ ਕੇ ਮਿਲ ਵੀ ਜਾਂਦਾ, ਪਰ ਕੁੱਟ ਮਾਰ ਨਾ ਕਰੋ ਇਹਦੇ ਨਾਲ। ਦੇਖੋ ਜਵਾਕ ਹੈ ਵਿਚਾਰਾ ਨਿੱਕਾ ਆ। ਸਰ ਆਈ ਵਿਦ ਯੂ ਰਿਸਪੈਕਟ, ਠੀਕ ਹੈ, ਮੈਂ ਵੀਰ ਜੀ ਤੁਹਾਡੀ ਰਿਸਪੈਕਟ ਕਰਦਾ, ਤੁਸੀਂ ਮੇਰੇ ਤੋਂ ਵੱਡੇ ਹੋ, ਠੀਕ ਹੈ। ਸਰ ਬੱਚਾ ਤੁਹਾਡਾ ਜਿਹੜਾ ਹੈਗਾ ਨਾ, ਤੁਹਾਡੇ ਬੱਚੇ ਨੂੰ, ਤੁਹਾਡੇ ਬੱਚੇ ਦੇ ਉੱਤੇ ਹਲੇ ਕੋਈ ਕਾਰਵਾਈ, ਕੋਈ ਕੇਸ ਵਗੈਰਾ ਨਹੀਂ ਹੋਣ ਦਿੱਤਾ, ਮੈਂ ਸਾਰਾ ਤੋਂ ਪਹਿਲੇ ਤੁਹਾਨੂੰ ਕਾਲ ਕੀਤੀ ਹੈ, ਠੀਕ ਹੈ। ਅੱਛਾ ਜੀ, ਕਿਉਂਕਿ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਵੀਰ ਜੀ, ਅਗਰ ਬੱਚੇ ਦੇ ਉੱਤੇ ਪਰਚਾ ਪੈ ਗਿਆ ਵੀਰ ਜੀ, 12 ਤੋਂ 13 ਸਾਲ ਤੋਂ ਪਹਿਲੇ ਨਾ ਇਸਦੀ ਬੇਲ ਹੈ ਨਾ ਜ਼ਮਾਨਤ ਹੈ, ਬੱਚੇ ਦੀ ਜ਼ਿੰਦਗੀ ਉਹ ਬਰਬਾਦ ਹੋਣੀ ਹੈ, ਠੀਕ ਹੈ। ਅੱਛਾ ਜੀ, ਸਰ ਬੱਚਾ ਜਿਹੜਾ ਹੈਗਾ ਤੁਹਾਡਾ, ਫਿਰ ਚੱਕਰ ਦੱਸ ਦਿੰਦਾ ਕਿ ਕੀ ਚੱਕਰ ਬਣਿਆ ਹੈਗਾ। ਬੱਚਾ ਤੁਹਾਡਾ ਜਾ ਰਿਹਾ ਸੀ ਸਰ, ਤੁਹਾਡੇ ਬੱਚੇ ਨੇ ਕਿਸੇ ਬੰਦੇ ਕੋਲੋਂ ਲਿਫਟ ਲਈ ਹੈਗੀ, ਕਿਸੇ ਬੰਦੇ ਦੇ ਨਾਲ ਜਾ ਕੇ ਬੈਠਿਆ ਹੈਗਾ, ਠੀਕ ਹੈ। ਅੱਛਾ ਜੀ, ਜਿਹੜੇ ਬੰਦੇ ਦੇ ਨਾਲ ਜਾ ਕੇ ਬੈਠਿਆ ਹੈਗਾ ਵੀਰ ਜੀ, ਉਹਦੇ ਕੋਲੋਂ ਸਾਨੂੰ 1 ਇਲੀਗਲ ਵੈਪਨ ਤੇ 1 ਕਿਲੋ ਡਰੱਗਸ ਨਿਕਲਿਆ ਹੈਗਾ। ਸਾਡੀ ਪੁਲਿਸ ਨੇ ਕਾਫੀ ਟੈਸਟ ਦੇ
ਰੇਡ ਪਾ ਰਹੀ ਸੀ, ਅੱਛਾ ਅੱਜ ਸਾਡੀ ਰੇਡ ਕਾਮਯਾਬ ਹੋਈ ਹੈ ਤੇ ਇਹਦੇ ਨਾਲ ਤੁਹਾਡਾ ਬੱਚਾ ਬੈਠਿਆ ਅਰੈਸਟਡ ਹੋਇਆ ਹੈਗਾ, ਠੀਕ ਹੈ? ਅੱਛਾ ਜੀ, ਜਦੋਂ ਤੁਹਾਡੇ ਬੱਚੇ ਨੂੰ ਅਰੈਸਟ ਕੀਤਾ, ਤੁਹਾਡੇ ਬੱਚੇ ਨੇ ਸਾਨੂੰ ਸਟੇਟਮੈਂਟ ਦਿੱਤੀ ਹੈਗੀ ਕਿ ਸਰ ਮੈਨੂੰ ਨਹੀਂ ਜਾਣਦਾ ਹੈਗਾ, ਨਾ ਮੇਰਾ ਇਹਦੇ ਨਾਲ ਕੋਈ ਰਿਲੇਸ਼ਨ ਹੈਗਾ। ਅੱਛਾ ਜੀ, ਮੈਂ ਇਹਦੇ ਕੋਲ ਲਿਖ ਲਈ ਹੈ ਕਿ ਮੈਂ ਨਹੀਂ ਇਹਨੂੰ ਜਾਣਦਾ ਹੈਗਾ। ਅੱਛਾ ਜੀ, ਅਗਰ ਤੁਹਾਡੇ ਬੱਚੇ ਦੇ ਉੱਤੇ ਪਰਚਾ ਪੈ ਜਾਂਦਾ ਹੈ 12 ਤੋਂ 13 ਸਾਲ ਤੋਂ ਪਹਿਲੇ, ਨਾ ਇਹਦੀ ਬੇਲ ਹੈ ਨਾ ਜ਼ਮਾਨਤ ਹੈ, ਪ੍ਰੈਸ ਮੀਡੀਆ ਵਾਲੇ ਆਏ ਖੜੇ ਹੈ, ਹੁਣ ਤੁਸੀਂ ਦੱਸੋ ਵੀਰ ਜੀ ਕਰਨਾ ਕੀ ਹੈਗਾ, ਬੱਚੇ ਨੂੰ ਛਡਾਉਣਾ ਹੈ ਜਾਂ ਕੇਸ ਨਹੀਂ ਪੜਨਾ? ਨਹੀਂ ਨਹੀਂ ਜੇ ਤਾਂ ਜੀ ਡਰੱਗ ਫੜੀ ਗਈ ਇਹਦੇ ਕੋਲ, ਅਸਲਾ ਫੜ ਗਏ, ਪਰਚਾ ਪਾਓ ਇਹਦੇ, ਛੱਡਣਾ ਨਹੀਂ ਇਹਨੂੰ, ਕਿਉਂਕਿ ਇਹ ਕੰਮ ਥੋੜਾ ਗਿਆ ਹੈਗਾ, ਕਦੇ ਨਹੀਂ ਛੱਡਣਾ, ਤਾਂ ਪਾ ਦਿਓ ਪਰਚਾ, ਪਾ ਦਿਓ ਸਾਲੇ ਦੇ, ਇੱਕ ਅੱਧਾ ਹੋਰ ਪਾ ਦਿਓ, ਇਹੋ ਜਿਹਾ ਕੰਮ ਕਰਦਾ ਬਾਹਰ ਜਾ ਕੇ, ਮਾਂ ਬਾਪ ਦਾ ਤੇ ਇੱਜ਼ਤ ਦਾ ਰੋਲ ਦਾ ਇਹਦੇ ਸਾਲੇ ਦੇ, ਪਰਚਾ ਪਾਓ ਜੀ। ਠੀਕ ਹੋ ਗਿਆ ਸਰ, ਕੋਈ ਰੋਲਾ ਨਹੀਂ। ਹਾਂ, ਇਹਦੇ ਸਾਲੇ ਦੇ ਇੱਕ ਅੱਧਾ ਪੇਪਰ ਹੋਰ ਪਾ ਦਿਓ ਚੱਕ ਕੇ, ਜੇ ਇਹੋ ਜਿਹੇ ਕੰਮ ਕਰਨ ਗਿਆ, ਮਾਂ ਬਾਪ ਦੀ ਇੱਜ਼ਤ ਰੋਲਣ ਗਿਆ, ਇਹ ਇੰਨੀ ਦੂਰ ਸਾਲੇ ਨੂੰ ਭੇਜਿਆ ਪੜ੍ਹਨ ਇਹਨੂੰ, ਤੇ ਕਤਿੱਤਬਾਜ਼ੀਆਂ ਕਰਦਾ, ਆਰਾਮ ਚਾਹਦਾ, ਅਸੀਂ ਜ਼ਮੀਨ ਵੇਚ ਵੇਚ ਕੇ ਇਹੋ ਜਿਹਾ ਕੰਮ ਕੀਤਾ, ਇਹਦੇ ਸਾਲੇ ਦੇ ਪਰਚਾ ਪਾਓ ਜੀ। ਮੇਰੀ ਗੱਲ ਸੁਣੋ, ਹਾਂਜੀ, ਬੱਚਾ ਤੁਹਾਡਾ ਜਿਹੜਾ ਹੈਗਾ ਨਾ, ਤੁਹਾਡੇ ਬੱਚੇ ਕੋਲੋਂ ਨੀ, ਉਸ ਬੰਦੇ ਕੋਲੋਂ ਇਹ ਅਨਲੀਗਲ ਵੈਪਨ ਤੇ 1 ਕਿਲੋ ਡਰੱਗਸ ਨਿਕਲਿਆ ਹੈਗਾ, ਤੁਹਾਡੇ ਬੱਚੇ ਨੇ ਉਹਦੇ ਕੋਲੋਂ ਜਿੱਤ ਲਈ ਸੀ, ਠੀਕ ਹੈ? ਹਾਂਜੀ, ਫਿਰ ਛੱਡ ਦਿਓ ਜੀ, ਫਿਰ ਇਹਨੂੰ ਛੱਡ ਦਿਓ ਜੀ, ਇਹਦਾ ਕਸੂਰ ਨਹੀਂ ਹੈਗਾ, ਜੇ ਲਿਫਟ ਲਈ ਫਿਰ ਇਹਨੂੰ ਛੱਡ ਦਿਓ। ਸਰ ਮੇਰੀ ਗੱਲ ਸੁਣੋ, ਇਦਾਂ ਕਿਦਾਂ ਛੱਡ ਦਈਏ? ਹਾਂਜੀ, ਜਿਹੜੇ ਬੰਦੇ ਦੇ ਨਾਲ ਬੈਠੇ ਆ, ਅਰੈਸਟਡ ਹੋਇਆ ਹੈਗਾ, ਜਿਹੜੇ ਮੁਲਾਜ਼ਮ ਅਰੈਸਟ ਕਰਕੇ ਲੈ ਕੇ ਆਏ ਆ, ਉਹ ਕਹਿੰਦਾ ਕਿ ਸਰ ਜਿਹੜੇ ਬੰਦੇ ਦੇ ਨਾਲ ਬੈਠਿਆ ਅਰੈਸਟਡ ਹੋਇਆ, ਉਹ ਕਹਿੰਦਾ ਕਿ ਮੇਰਾ ਫਰੈਂਡ ਸੀ, ਮੈਂ ਫਰੈਂਡ ਲਈ ਇਹਨੂੰ ਆਪਣੇ ਨਾਲ ਪਾਇਆ ਹੈਗਾ, ਠੀਕ ਹੈ? ਅੱਛਾ ਜੀ, ਤੇ ਉਹ ਤੁਹਾਡਾ ਜਿਹੜਾ ਬੇਟਾ ਹੈਗਾ, ਉਹ ਕਹਿੰਦਾ ਕਿ ਸਰ ਮੈਨੂੰ ਜਾਣਦਾ ਨਹੀਂ ਹੈਗਾ, ਤੇ ਮੁਲਾਜ਼ਮ ਹੁਣ ਜਿਹੜੇ ਹੈਗੇ ਉਹ ਇਹਦੇ ਤੇ ਪਰਚਾ ਪਾ ਰਹੇ ਸੀ, ਮੈਂ ਉਹਨਾਂ ਦੇ ਉਹਨਾਂ ਨੂੰ ਕਿਹਾ ਸਰ ਬੱਚਾ ਆਪਣਾ ਹੀ ਹੈਗਾ, ਬੱਚੇ ਦੇ ਉੱਤੇ ਪਰਚਾ ਵਗੈਰਾ ਨਹੀਂ ਪਾਉਣਾ ਹੈਗਾ, ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ, ਤੁਸੀਂ ਪਰਚਾ ਵਗੈਰਾ ਨਹੀਂ ਹਲੇ ਪਾਉਣਾ ਹੈਗਾ, ਜੀ ਤੁਹਾਡੇ ਬੱਚੇ ਦੇ ਉੱਤੇ ਪਰਚਾ ਨਹੀਂ ਹੋਣ ਦਿੱਤਾ ਹੈਗਾ, ਸਾਰਾ ਤੋਂ ਪਹਿਲੇ ਤੁਹਾਨੂੰ ਕਾਲ ਕੀਤੀ ਹੈ। ਅੱਛਾ ਜੀ, ਤੁਸੀਂ ਕਹਿੰਦੇ ਹੋ ਤਾਂ ਵੀਰ ਜੀ ਪਰਚਾ ਪਾ ਦਿੰਦੇ ਆ, ਕੋਈ ਰੋਲਾ ਨਹੀਂ ਹੈਗਾ, ਠੀਕ ਹੈ? ਤੁਸੀਂ ਦੱਸੋ ਹੁਣ ਕਰਨਾ ਕੀ ਹੈ? ਪਾਓ ਜੀ, ਇਹਦੇ ਪਹਿਲੇ ਪਰਚਾ ਪਾਓ, ਇਹਨੂੰ ਪਕਾ ਲੱਗ ਲਾਵੇ ਵੀ ਏਦਾਂ ਨਹੀਂ ਚਾਹੀਦਾ ਹੁੰਦਾ ਕਿਸੇ ਨਾਲ, ਪਾ ਦਿਓ ਇਹਦੇ ਇੱਕ ਅੱਧਾ ਵੈਪਨ ਸਾਰੇ ਦੇ ਹੋਰ ਪਾਓ ਇਹਦੇ। ਠੀਕ ਹੋ ਗਿਆ ਸਰ, ਓਕੇ, ਥੈਂਕ ਯੂ। ਓਕੇ ਜੀ, ਓਕੇ।